ਪੰਜਾਬੀ ਗਵਨਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਆ। ਅੱਜ ਤੋਂ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਵਾਲਿਆਂ ਲਈ 21ਵੀਂ ਸਦੀ ਦੇ ਟੈਕਸ ਸਿਸਟਮ ਦੀ ਨਵੀਂ ਵਿਵਸਥਾ ਦੀ ਸ਼ੁਰੂਆਤ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰਾਂਸਪੈਰੈਂਟ ਟੈਕਸੇਸ਼ਨ ਆਨ ਅਰਨਿੰਗ ਦਾ ਅਨਾਊਂਸਮੈਂਟ ਨਾਮਕ ਮੰਚ ਨੂੰ ਲੋਕ ਅਰਪਣ ਕੀਤਾ। ਮੋਦੀ ਨੇ ਕਿਹਾ ਕਿ ਇਹ ਪਲੇਟਫਾਰਮ ਦੇ ਵਿੱਚ ਜੋ ਲੋਕ ਟੈਕਸ ਫੜਦੇ ਨੇ ਉਹਨਾਂ ਨੂੰ ਵੱਡੇ ਰਿਫੰਡ ਦਿੱਤੇ ਜਾਣਗੇ। ਜਿੱਥੇ ਇਸ ਦੇ ਨਾਲ ਆਮ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ, ਉੱਥੇ ਹੀ ਉਹਨਾਂ ਲੋਕਾਂ ਨੂੰ ਵੀ ਵੱਡਾ ਫਾਇਦਾ ਹੋਵੇਗਾ ਜੋ ਇਮਾਨਦਾਰੀ ਦੇ ਨਾਲ ਟੈਕਸ ਭਰ ਰਹੇ ਨੇ। ਅਤੇ ਇਹ ਅੱਜ ਤੋਂ ਲਾਗੂ ਹੋ ਰਿਹਾ, ਜਦੋਂ ਕਿ ਇਸ ਦੀ ਸੁਵਿਧਾ 25 ਸਤੰਬਰ ਯਾਨੀ ਕਿ ਦੀਨ ਦਿਆਲ ਉਪਾਧਿਆਏ ਦੇ ਜਨਮ ਦਿਨ ਅਤੇ ਪੂਰੇ ਭਾਰਤ ਦੇ ਨਾਗਰਿਕਾਂ ਲਈ ਉਪਲਬਧ ਕੀਤੀ ਜਾਵੇਗੀ। ਮੋਦੀ ਨੇ ਕਿਹਾ ਕਿ ਨਵਾਂ ਟੈਕਸ ਸਿਸਟਮ ਪਬਲਿਕ ਫਰੈਂਡਲੀ ਹੈ ਅਤੇ ਨਵੇਂ ਸਿਸਟਮ 'ਚ ਅਧਿਕਾਰੀਆਂ ਦੀ ਥਾਂ ਨਵੀਂ ਤਕਨੀਕ ਲਵੇਗੀ। ਉਹਨਾਂ ਕਿਹਾ ਕਿ ਟੈਕਸ ਸਿਸਟਮ ਨੂੰ ਪਾਰਦਰਸ਼ੀ ਬਣਾਇਆ ਜਾਵੇਗਾ, ਇਸ ਨਾਲ ਟੈਕਸ ਅਦਾ ਕਰਨ ਵਾਲਿਆਂ ਦਾ ਸਨਮਾਨ ਵਧੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਸਪੇਅਰ ਚਾਰਟਰ ਦੇਸ਼ ਲਈ ਵੱਡਾ ਕਦਮ ਹੋਵੇਗਾ। ਉਹਨਾਂ ਕਿਹਾ ਕਿ ਲੋਕਾਂ ਦੀ ਜ਼ਿੰਦਗੀ 'ਚੋਂ ਸਰਕਾਰ ਦਾ ਦਖਲ ਘੱਟ ਕਰਨ ਦਾ ਯਤਨ ਹੈ। ਕੰਪਨੀ ਦੀਆਂ ਟੈਕਸ ਦਰਾਂ ਵੀ ਘਟੀਆਂ ਨੇ। ਪਿਛਲੇ ਸਾਲ ਕਾਰਪੋਰੇਟਰ ਟੈਕਸ ਦੀਆਂ ਦਰਾਂ 30% ਤੋਂ ਘੱਟ ਕੇ 22% ਕਰ ਦਿੱਤੀਆਂ ਗਈਆਂ ਨੇ। ਨਵੀਂ ਨਿਰਮਾਣ ਇਕਾਈ ਵਾਸਤੇ ਦਰਾਂ ਘਟਾ ਕੇ 15% ਕਰ ਦਿੱਤੀਆਂ ਗਈਆਂ ਨੇ। ਸਰਕਾਰ ਦਾ ਖਾਸ ਜ਼ੋਰ ਸੁਧਾਰਾਂ 'ਤੇ ਹੈ। ਇਸ ਤੋਂ ਇਲਾਵਾ ਟੈਕਸ ਦਰਾਂ ਘੱਟ ਕਰਨ ਅਤੇ ਡਾਇਰੈਕਟ ਟੈਕਸ ਦੀ ਸਰਲਤਾ 'ਤੇ ਵੀ ਜ਼ੋਰ ਦਿੱਤਾ ਗਿਆ ਅਤੇ ਇਸ ਨਾਲ ਟੈਕਸ ਦੀਆਂ ਨਵੀਆਂ ਨੀਤੀਆਂ 'ਚ ਪਾਰਦਰਸ਼ਤਾ ਲਿਆਈ ਜਾਵੇਗੀ ਅਤੇ ਲੋਕ ਆਸਾਨੀ ਨਾਲ ਆਨਲਾਈਨ ਟੈਕਸ ਭਰ ਸਕਣਗੇ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਵੱਡੀ ਖਬਰ। ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ਵਾਲਾ.com ਦੇ ਨਾਲ।